ਉਹ ਜੀ ਬੱਸ ਵਿੱਚ ਬੈਠੇ ਸੀ ਕੈਪਟਨ ਸਾਹਿਬ ਤੇ ਮੈਂ ਵੀ ਸੀਗਾ ਬੜੇ ਹੋਰ ਲੋਕ ਸੀਗੇ ਮਨ ਨੂੰ ਤਾਂ ਪਤਾ ਨਹੀਂ ਸੀ ਕਿਸੇ ਨੇ ਕੈਮਰੇ ਤੇ ਕੈਪਚਰ ਕਰਿਆ ਉਹ ইমরান ਖਾਨ ਸਭ ਆਏ ਬੱਸ ਦੇ ਅੰਦਰ ਅੰਦਰ ਵਰਦੇ ਆਏ ਉਹਨਾਂ ਨੇ ਪੁੱਛਿਆ ਉਹ ਸਾਡਾ ਸਿੱਧੂ ਕਿੱਥੇ ਹੈ ਉਹਨਾਂ ਕੈਪਟਨ ਸਾਹਿਬ ਨੇ ਪਿੱਛੇ ਇੱਕ ਪ੍ਰੈਸ ਕਾਨਫਰੰਸ ਸੀਗੀ ਦਿੱਲੀ ਉਸ ਦੌਰਾਨ ਉਹਨਾਂ ਨੇ ਕਿਹਾ ਕਿ ইমরান ਖਾਨ ਜੀ ਦਾ ਫੋਨ ਆਇਆ ਸੀ ਕੈਪਟਨ ਸਾਹਿਬ ਨੂੰ ਕਿ ਉਹ ਸਿੱਧੂ ਨੂੰ ਤੁਸੀਂ ਆਪਣੇ ਕੈਬਨਟ ਚ ਲੈ ਲਓ ਫਿਰ ਤੁਹਾਡੀ ਸਹਾਇਤਾ ਕਰੇਗਾ ਨਹੀਂ ਤਾਂ ਕੱਢ ਦੇਣਾ ਕੋ ਦੂਰਾ ਮਾਨ ਸਾਹਿਬ ਜਿਹੜੇ ਹੈਗੇ ਆਮ ਆਦਮੀ ਪਾਰਟੀ ਦੇ ਤੁਸੀਂ ਸੀਰੀਅਸਲੀ ਸਮਝਦੇ ਹੋ ਕਿ ਇਹ ਸੈਂਡ ਮਾਫੀਆ ਲੈਂਡ ਮਾਫੀਆ ਲਿਕਰ ਮਾਫੀਆ ਜੇਦੋ ਅਸੀਂ ਮੁਕਤੀ ਚਾਹਨੇ ਆ ਇਹੋ ਜਿਹੇ ਬੰਦੇ ਹੋ ਸਕਦੇ ਨੇ ਚੀਫ ਮਿਨਿਸਟਰ ਕਿਤੇ ਨਾਲ ਮੁਕਾਬਲਾ ਦੇਖਦੇ ਇਹ ਸਿਰ ਇੱਕ ਚਿੱਲਿਆਂ ਦੀ ਗੱਲ ਹੈ ਅਜੇ ਚੋਣ ਸ਼ੁਰੂ ਹੋਇਆ ਕਿਤੇ ਨਾਲ ਇਹ ਤੇ ਡਿਕਲੇਅਰ ਕਰ ਬੈਠੇ ਨੇ ਸਾਰੇ ਤੁਹਾਡੇ opinion poll ਆ ਰਹੇ ਨੇ ਉਹ ਝਾੜੂ ਪਾਰਟੀ ਆ ਰਹੀ ਹੈ ਟੌਪ ਤੇ ਮਨੋ ਜਦੋਂ ਮੈਂ ਅਦਰੀ ਗੱਲ ਸੁਣਨਾ ਮਨੂੰ ਹਸਿਆ ਆਂਦੇ ਮੋਹੱਲਾ ਕਲੀਨਿਕ ਦਿੱਲੀ ਦੀ ਪੋਪੂਲੇਸ਼ਨ ਹੈ 2 ਕਰੋੜ ਯੂਪੀ ਦੀ ਹੈਗੀ 20 ਕਰੋੜ ਇਹਨੇ ਆਕਸੀਜਨ ਦੀ ਇੰਡੈਂਟ ਯੂਪੀ ਤੋਂ ਜ਼ਿਆਦਾ ਮੰਗਵਾਈ ਹੈ ਕਰ ਕੀ ਰਹੀ ਸੀ ਕਹਿੰਦੇ ਪਰ ਜਿਸ ਤਰੀਕੇ ਸਾ ਆਜ ਚਲਦੀ ਹੈ ਕਾਂਗਰਸ ਪਾਰਟੀ ਦੇ ਅੰਦਰ ਸਿਵਲ ਵਾਰ ਹੋ ਰਹਾ ਹੈ ਦੋ ਚਿਹਰੇ ਹੈਗੇ ਇੱਕ ਦਾ ਕੋਈ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਨਹੀਂ ਉਹ ਆਪਣੇ ਆਪ ਨੂੰ ਮੰਜੇ ਤੇ ਬੈਠ ਕੇ ਲੋਕਾਂ ਨਾਲ ਗੱਲ ਕਰਦਾ ਲੋਕ ਪ੍ਰੀਤ ਉਹ ਦੂਜੀ ਗੱਲ ਹੈ ਕੈਪਟਨ ਸਾਹਿਬ ਜੀ ਦੇ ਵਿਰੁੱਧ ਬੀਜੇਪੀ ਹੁਣ ਤੱਕ ਬੋਲਦੀ ਰਹੀ ਆ ਉਹਨਾਂ ਦੇ ਖਿਲਾਫ ਝੰਡਾ ਚੱਕ ਕੇ ਬੀਜੇਪੀ ਚੱਲਦੀ ਰਹੀ ਆ ਅੱਜ ਉਹਨਾਂ ਨੂੰ ਨਾ ਲੈ ਕੇ ਚੱਲ ਰਿਹਾ ਇਹ ਯਹੀ ਸਥਿਤੀ ਵਿੱਚ ਭਾਜਪਾ ਕੀ ਕਰ ਪਾਇਆ ਸਿੰਘ ਸਿੱਧੂ ਵਾਲਾ ਕੇਸ ਹੈ ਜਿਹੜਾ ਇੰਨਾ ਪੁਰਾਣਾ ਕੇਸ ਹੈ ਜਿਹੜਾ ਦੱਬਿਆ ਹੋਇਆ ਸੀਗਾ ਜਦੀ ਐਪਲੀਕੇਸ਼ਨ ਵੀ ਕਈ ਸਾਲਾਂ ਤੋਂ ਪੈਂਡਿੰਗ ਪਈ ਸੀ ਉਹ ਵੀ ਖੋਲ ਦਿੱਤਾ ਉਹ ਮਹਾਰਾਜ ਦੇ ਬੰਦ ਲੋਕਾਂ ਨੇ ਮਤ ਮਾਰੀ ਗਈ ਹੈ ਕਿਸੇ ਦਾ ਕੇਸ ਸੁਪਰੀਮ ਕੋਰਟ ਜਾਂ ਸੁਪਰੀਮ ਕੋਰਟ ਸਾਡੀ ਸੁਣਵਾਈ ਕਰ ਰਹੀ ਹੈ ਪੰਜਾਬ ਵਿੱਚ ਚੋਣਾਂ ਹੈਗੇ ਆ 20 ਤਰੀਕ ਨੂੰ ਵੋਟਾਂ ਪੈਣੀਆਂ ਹੈ ਔਰ ਪੰਜਾਬ ਵਿੱਚ ਭਾਜਪਾ ਪਹਿਲੀ ਵਾਰ ਵੱਡੇ ਭਰਾ ਦੇ ਰੂਪ ਵਿੱਚ ਇਲੈਕਸ਼ਨ ਲੜ ਰਹੀ ਹੈ ਹਾਲੇ ਤੱਕ ਭਾਜਪਾ 23 ਸੀਟਾਂ ਤੇ ਪੰਜਾਬ ਵਿੱਚ ਚੋਣਾਂ ਲੜਦੀ ਸੀ 117 ਵਿੱਚੋਂ ਜਦ ਕਿ ਇਸ ਵਾਰੀ 73 ਸੀਟਾਂ ਤੇ ਚੋਣ ਲੜ ਰਹੀ ਹੈ ਔਰ ਪਹਿਲੇ ਇਹ ਸ਼ਰਮਨੇ ਇਕਾਲੀ ਦਲ ਨਾਲ ਮਿਲ ਕੇ ਚੋਣ ਲੜਦੀ ਸੀ ਪਰ ਹੁਣ ਇਹਨੇ ਆਪਣੇ ਭਾਈਵਾਲ ਜਿਹੜੇ ਆ ਉਹ ਬਦਲ ਲਿੱਤੇ ਆ ਹੁਣ ਸੁਖਦੇਵ ਸਿੰਘ ਢੀਂਡਾ ਸਾਹ ਔਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਿਲ ਕੇ ਚੋਣਾਂ ਲੜ ਰਹੀ ਆ ਸਾਡੇ ਨਾਲ ਹਰਦੀਪ ਪੂਰੀ ਜੀ ਆ ਹਰਦੀਪ ਪੂਰੀ ਜੀ ਸੈਂਟਰ ਮਿਨਿਸਟਰ ਨੇ ਅਤੇ ਪੰਜਾਬ ਬੀਜੇਪੀ ਦੇ ਕੋ-ਇਨਚਾਰਜ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਜਾਣਦੇ ਆ ਸਰ ਪਹਿਲੀ ਵਾਰ ਬੀਜੇਪੀ ਇੱਕ ਵੱਡੇ ਭਰਾ ਦੇ ਰੂਪ ਵਿੱਚ ਚੋਣਾਂ ਲੜ ਰਹੀ ਆ ਪਹਿਲੀ ਵਾਰ 73 ਸੀਟਾਂ ਤੇ ਚੋਣਾਂ ਲੜ ਰਹੀ ਆ ਤੁਹਾਨੂੰ ਕੀ ਲੱਗਦਾ ਦੇਖੋ ਪਹਿਲੀ ਗੱਲ ਤੇ ਮੈਨੂੰ ਪਤਾ ਨਹੀਂ ਅਸੀਂ ਵੱਡੇ ਭਰਾ ਦੇ ਰੋਲ 'ਚ ਆ ਗਏ ਇੱਕ ਚੀਜ਼ ਮਾਨੂੰ ਪਤਾ ਹੈ ਜਿਹੜਾ ਪੁਰਾਣਾ ਸਾਡਾ ਗਠਬੰਧਨ ਸੀਗਾ ਅਕਾਲੀਆਂ ਨਾਲ ਉਹਦੇ ਤੇ ਅਸੀਂ ਜੂਨੀਅਰ ਪਾਰਟਨਰ ਸੀਗੇ ਭਰਾ ਵੀ ਜੂਨੀਅਰ ਛੋਟੇ ਭਰਾ ਨਹੀਂ ਸੀਗੇ ਜੂਨੀਅਰ ਪਾਰਟਨਰ ਉਹਨਾਂ ਨੇ ਉਸ ਗਠਬੰਧਨ ਨੂੰ ਡੋਮਿਨੇਟ ਕੀਤਾ ਉਹਨਾਂ ਨੇ ਕੋਈ ਸਿੱਖ ਚਿਹਰੇ ਨੂੰ ਖੜਾ ਹੀ ਨਹੀਂ ਹੋਂ ਦਿੱਤਾ ਮੈਨੂੰ ਸਮਝਾ ਉਹਨਾਂ ਨੇ ਹਿੰਦੂ ਚਿਹਰਾ ਵੀ ਸਾਡੇ ਨਹੀਂ ਖੜੇ ਹੋਂ ਦਿੱਤਾ ਹਾਂ 117 ਵਿੱਚੋਂ ਭਾਜਪਾ ਅੱਜ ਇੰਡੀਆ ਦੀ ਲਾਰਜੈਸਟ ਪੋਲੀਟੀਕਲ ਪਾਰਟੀ ਨਹੀਂ ਹੈ ਦੁਨੀਆ ਭਰ ਵਿੱਚ ਬੀਜੇਪੀ ਸਭ ਤੋਂ ਵੱਡੀ ਪਾਰਟੀ ਹੈ ਤੁਹਾਨੂੰ ਪਤਾ ਹੈ ਤੇ ਸਭ ਤੋਂ ਇਨਕਲੂਸਿਵ ਪਾਰਟੀ ਹੈ ਤੇ ਪੰਜਾਬ ਜਿੱਥੇ ਬੀਜਪੀ ਦਾ ਕੰਟਰੀਬਿਊਸ਼ਨ ਰਹੀ ਹੈ 1947 ਪਹਿਲੇ ਫਰੀਡਮ ਸਟਰਗਲ ਇ ਉੱਥੇ ਅਸੀਂ ਐਬਸੈਂਟ ਆ ਇਹ ਕਿਸ ਤਰ੍ਹਾਂ ਹੋ ਸਕਦਾ ਇਸ ਲਈ ਮਾਨੂੰ ਬੜੀ ਖੁਸ਼ੀ ਹੈ ਕਿ ਇਹ ਪੁਰਾਣਾ ਗਠਵੰਧਨ ਜਿਹੜਾ ਸੀਗਾ ਵਿੱਚ ਸਾਨੂੰ ਮਹੰਗਾ ਪੈ ਰਿਹਾ ਸੀਗਾ ਉਹਨਾਂ ਨੇ ਆਪ ਹੀ ਤੋੜ ਦਿੱਤਾ ਹੁਣ ਕੁਝ ਲੋਕ ਇਹ ਬੇਉਦਾ ਗੱਲਾਂ ਕਰ ਰਹੇ ਨੇ ਕਿ ਸ਼ਾਇਦ ਚੋਣਾਂ ਕੇ ਬਾਅਦ ਹਮਾਰਾ ਫਿਰ ਹੁੰਸੇ ਹੋ ਜਾਏਗਾ ਮੈਂ ਸ਼ਿਖਾਵਤ ਜੀ ਨਾਲ ਗੱਲ ਕੀਤੀ ਅੱਜ ਮੈਂ ਕਿਹਾ ਇਹੋ ਜਿਹਾ ਬਿਆਨ ਕਿਸ ਨੇ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਅਗਰ ਤੁਹਾਡੇ ਕੋਲ ਸਵਾਲ ਪੁੱਛਿਆ ਜਾਵੇ ਉਹ ਮੇਰੇ ਪ੍ਰਵਾਰੀ ਨੇ ਪੰਜਾਬ ਦੇ ਚਨਾਵ ਵਾਸਤੇ ਤੇ ਉਹਨਾਂ ਨੇ ਕਹਿਣਾ ਐਸੀ ਕੋਈ ਸੰਭਾਵਨਾ ਨਹੀਂ ਹੈ ਅਕਾਲੀਆਂ ਨਾਲ ਇਟਸ ਆਊਟ ਆਫ ਦਾ ਕੁਐਸਚਨ ਉਹਦੇ ਬੜੇ ਕਾਰਨ ਹੈਗੇ ਉਹ ਨਹੀਂ ਕਰੀ ਠੀਕ ਹੈ ਜਿਹੜਾ ਸਾਡਾ ਨਵਾਂ ਗਠਜੰਦਨ ਹੈਗਾ ਕੈਪਟਨ ਸਾਹਿਬ ਦਾ ਦੇਖੋ ਜੀ ਕੈਪਟਨ ਸਾਹਿਬ ਦੀ ਕੰਟਰੀਬਿਊਸ਼ਨ ਜੋ ਰਹੀ ਹੈ ਨੈਸ਼ਨਲ ਸਿਕਿਉਰਿਟੀ ਇਸ਼ੂਸ ਤੇ ਤੁਹਾਨੂੰ ਯਾਦ ਹੋਊਗਾ ਜਦੋਂ ਕਰਤਾਰਪੁਰ ਕੋਰੀਡੋਰ ਵੈਸੀ ਗਾਇਸੀ ਗਏ ਹਾਂਜੀ ਉਹਨਾਂ ਨੇ ਇਨਕਾਰ ਕੀਤਾ ਸੀਗਾ ਉਹਨਾਂ ਦਾ ਜਿਹੜਾ ਜਰਨਲ ਹੈ ਬਾਜਵਾ ਉਹ ਤੁਹਾਡੇ ਕਾਂਗਰਸ ਪਾਰਟੀ ਦਾ ਜਿਹੜਾ ਚਿਹਰਾ ਬਣਦੀ ਕੋਸ਼ਿਸ਼ ਕਰ ਰਿਹਾ ਹੈ ਬੰਦਾ ਉਹ ਚਾਹ ਰਿਹਾ ਸੀਗਾ ਉਹ ਕਹਿੰਦਾ ਜਫੀ ਪੱਪੀ ਪੋਲਿਟਿਕਸ ਕੈਪਟਨ ਸਾਹਿਬ ਨੇ ਮਨਾਂ ਕਰਤਾ ਕੈਪਟਨ ਸਾਹਿਬ ਨੇ ਕਿਹਾ ਕਿ ਇਹ ਜਿਹੜੇ ਬੰਦੇ ਸਾਡੀ ਤਰਫ ਤੇ ਡਰੱਗਸ ਭੇਜਦੇ ਨੇ ਰੰਗਵਦੀ ਭੇਜਦੇ ਨੇ ਇਹਨਾਂ ਨਾਲ ਅਸੀਂ ਕਿਸੀ ਜਫੀ ਪੱਪੀ ਕਰਨਾ ਸਾਡੇ ਉਹ ਰਿਲੀਜੀਅਸ ਸੈਂਟੀਮੈਂਟ ਦਾ ਮਾਮਲਾ ਹੈਗਾ ਕਰਤਾਰਪੁਰ ਸਾਹਿਬ ਕੋਰੀਡੋਰ ਉਹ ਅਸੀਂ ਕਰ ਲੈਨੇ ਆਲੱਗ ਠੀਕ ਉਹ ਤੇ ਗਏ ਬੜੀ ਖੁਸ਼ੀ ਨਾਲ ਉਹ ਜੀ ਬੱਸ ਵਿੱਚ ਬੈਠੇ ਸੀ ਕੈਪਟਨ ਸਾਹਿਬ ਤੇ ਮੈਂ ਵੀ ਸੀਗਾ ਬੜੇ ਹੋਰ ਲੋਕ ਸੀਗੇ ਤੇ ਮਾਨੂੰ ਤਾਂ ਪਤਾ ਨਹੀਂ ਸੀ ਕਿਸੇ ਨੇ ਕੈਮਰੇ ਤੇ ਕੈਪਚਰ ਕਰਿਆ ਉਹ Imran Khan ਸਭ ਆਏ ਬੱਸ ਦੇ ਅੰਦਰ ਅੰਦਰ ਵਰਦੇ ਆਏ ਉਹਨਾਂ ਨੇ ਪੁੱਛਿਆ ਉਹ ਸਾਡਾ ਸਿੱਧੂ ਕਿੱਥੇ ਆ ਠੀਕ ਹੈ ਉਹਨਾਂ ਕੈਪਟਨ ਸਾਹਿਬ ਨੇ ਪਿੱਛੇ ਇੱਕ ਪ੍ਰੈਸ ਕਾਨਫਰੰਸ ਸੀਗੀ ਦਿੱਲੀ ਉਹਦੇ ਦੌਰਾਨ ਉਹਨਾਂ ਨੇ ਕਿਹਾ ਕਿ Imran Khan ਜੀ ਦਾ ਫੋਨ ਆਇਆ ਸੀ ਕੈਪਟਨ ਸਾਹਿਬ ਨੂੰ ਕਿ ਉਹ ਸਿੱਧੂ ਨੂੰ ਤੁਸੀਂ ਆਪਣੇ ਕੈਬਨਟ ਚ ਲੈ ਲਓ ਤੇ ਤੁਹਾਡੀ ਸਹਾਇਤਾ ਕਰੇਗਾ ਨਹੀਂ ਤੇ ਕੱਢ ਦੇਣਾ ਕਮਾਲ ਹੈ ਯਾਰ ਇੱਕ ਬਾਰਡਰ ਸਟੇਟ ਇਚ ਜਿੱਥੇ ਟੈਰਰਿਜ਼ਮ ਆ ਰਿਹਾ ਅਕ੍ਰੋਸ ਦਾ ਬਾਰਡਰ ਉੱਥੇ ਪਤਾ ਨਹੀਂ ਆਨ ਕਾਂਗਰਸ ਪਾਰਟੀ ਨੇ ਉਹ ਦੂਜਾ ਵੀ ਚਿਹਰਾ ਜਿਹੜਾ ਉਹਨਾਂ ਦਾ ਹੈਗਾ ਉਹ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਨਹੀਂ ਹੈ ਮੈਂ ਕੋਈ ਚੰਗਾ ਵਾਲਾ ਨਹੀਂ ਕਹਿਣਾ ਚਾਹੁੰਦਾ ਉਹ ਦੂਜਾ ਮਾਨ ਸਾਹਿਬ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ ਭਗਵਾਨ ਤੁਮਾਰ ਭਗਵਾਨ ਤੁਮਾਰ ਤੁਸੀਂ ਸੀਰੀਅਸਲੀ ਸਮਝਦੇ ਹੋ ਕਿ ਇਹ ਇੱਕ ਇੱਕ ਬਾਰਡਰ ਸਟੇਟ ਹੈ ਜਿੱਥੇ ਸੀਰੀਅਸ ਮੁੱਦੇ ਹੈਗੇ ਜਿੱਥੇ ਗਵਰਨੈਂਸ ਦਾ ਕ੍ਰਾਈਸਿਸ ਹੈ ਜਿੱਥੇ ਮਹਾਰਾਜ ਸੈਂਡ ਮਾਫੀਆ ਲੈਂਡ ਮਾਫੀਆ ਲਿਕਰ ਮਾਫੀਆ ਜਦੋਂ ਅਸੀਂ ਮੁਕਤੀ ਚਾਹਨੇ ਆ ਇਹੋ ਜਿਹੇ ਬੰਦੇ ਹੋ ਸਕਦੇ ਨੇ ਚੀਫ ਮਿਨਿਸਟਰ ਤੇ ਭਾਰਤੀਯ ਜਨਤਾ ਪਾਰਟੀ ਨੇ ਬੜਾ ਸੋਚ ਸਮਝ ਕੇ ਕੈਪਟਨ ਸਾਹਿਬ ਨਾਲ ਤੇ ਟਿੰਡਸਾ ਸਾਹਿਬ ਨਾਲ ਗਠਬੰਧਨ ਰੱਖਿਆ ਇਹਦੇ ਵਿੱਚ ਕੋਈ ਜੂਨੀਅਰ ਸੀਨੀਅਰ ਵੱਡਾ ਭਰਾ ਨਹੀਂ ਹੈ ਠੀਕ ਹੈ ਕਈ ਸੀਟਾਂ ਸੀਗੀਆਂ ਜਿਹੜੀਆਂ ਅਸੀਂ ਕਹੇ ਕੈਪਟਨ ਸਾਹਿਬ ਤੁਸੀਂ ਲੜ ਲਓ ਉਹਨਾਂ ਨੇ ਕਿ ਮੈਂ ਤੁਹਾਨੂੰ ਕੈਂਡੀਡੇਟ ਦਰਨਾ ਪਰ ਸਾਡਾ ਜਿਹੜਾ ਕੈਂਡੀਡੇਟ ਤੁਹਾਡੇ ਕਮਲ ਲੜੇਗਾ ਤੁਸੀਂ ਸਿੰਬਲ ਤੇ ਲੜੇਗਾ ਹੁਣ ਅਗਰ ਇਹ ਪੰਜਾਬ ਦਾ ਕੰਟੈਕਸਟ ਨਹੀਂ ਹੁੰਦਾ ਤਾਂ ਲੋਕ ਕਹਿੰਦੇ ਭਈ ਉਹ ਅਗਰ ਉਹਨਾਂ ਦੀ ਪਾਰਟੀ ਦਾ ਬੰਦਾ ਤੁਹਾਡੇ ਸਿੰਬਲ ਤੇ ਕਿਉਂ ਲੜਨਾ ਚਾਹੇ ਉਹਦਾ ਕਾਰਨ ਹੈ ਇਹ ਸਟੈਬਲਿਸ਼ ਵੱਡੀ ਪਾਰਟੀ ਹੈ ਕੈਪਟਨ ਸਾਹਿਬ ਦੀ ਪੋਲੀਟੀਕਲ ਪਾਰਟੀ ਨਵੀਂ ਬਣੀ ਹੈ ਉਹਦਾ ਦਾ ਸਿੰਬਲ ਹੈਗਾ ਉਹ ਲੋਕਾਂ ਨੂੰ समय लगेगा कमलनाथ फुल तो एकदम सब पहचान लगे नेशनल सिंबल है नेशनल सिंबल है तो वह कोई होर एक्सप्लेनेशन नहीं मनु पूरी उम्मीद है कि आने वाले जड़े भी चुनाव ने कैंडिडेट सिलेक्शन बड़ी चंगी हुई है तीनों जेस्टिटुंट है एन डी ए मिलकर कर काम करेंगे तो नतीजा चंगा आएगा कि मुकाबला देखते हो ਇਹ ਕੋਈ ਇਸੇ ਇੱਕ ਚਿੱਲਿਆਂ ਦੀ ਗੱਲ ਹੈ ਅੱਜ ਚੋਣ ਸ਼ੁਰੂ ਹੋਇਆ ਕਿਹਦੇ ਨਾਲ ਇਹ ਤੇ ਡਿਕਲੇਅਰ ਕਰ ਬੈਠੇ ਨੇ ਸਾਰੇ ਤੁਹਾਡੇ opinion poll ਆ ਰਹੇ ਨੇ ਉਹ ਝਾੜੂ ਪਾਰਟੀ ਆ ਰਹੀ ਹੈ ਟੌਪ ਤੇ ਤੇ ਮੈਨੂੰ ਜਦੋਂ ਮੈਂ ਇਹ ਦੀ ਗੱਲ ਸੁਣਨਾ ਮੈਨੂੰ ਹਸਿਆ ਆਉਂਦੀ ਥੋੜੀ ਪਤਾ ਕਿਉਂ ਮੈਂ ਦਿੱਲੀ ਚ ਰਹਿਣਾ ਹਾਂ ਦਿੱਲੀ ਚ ਇਹਨਾਂ ਨੇ ਕਿਹਨਾਂ ਬੜੇ ਸਫਲਤਾ ਕਿਹਦੇ ਚ ਪਾਈ ਹੈ ਆਪਣੇ ਹੈਲਥ ਮਾਡਲ ਵਿੱਚ ਆਪਣੇ ਐਜੂਕੇਸ਼ਨਲ ਮਾਡਲ ਵਿੱਚ ਦੋ ਹੀ ਗੱਲਾਂ ਦੁਕਾਨਦਾਰ ਉਹ ਮੇਰਾ ਟ੍ਰਾਂਸਪੋਰਟ ਵੀ ਤੈਅ ਕਰ ਰਿਹਾ ਸੀ ਮੈਂ ਉਹਦੇ ਕਹਾਣੇ ਅਲੱਗ ਬਾਤ ਸੁਣਾਵਾਂਗਾ महाराज हेल्थ की किया इन्होंने इन्ह ने मुहला क्लीनिक बनाए ने, ने। पुरानिया बिल्डिंग इच, थोड़ा जा सफेदी बारों करके एक कंपाउंडर बैठा के कितने या कभी डॉक्टर भी आ जाने जो तो महामारी आए कि होया कोलैप्स हो गया ना सारा सिस्टम कोलैप सिस्टम कोलैप्स हो गया बड़ा जी शोर मचा इन्हें भी तो दूजा युवा नेता मोदी जी हमारे बच्चों की वैक्सीन कहाँ है वो महाराज एक सौ सत्तर करोड़ ਵੈਕਸੀਨ ਬਣੀ ਮੁਫਤ ਡਿਸਟ੍ਰਿਬਿਊਟ ਹੋਈ ਇਹਦੇ ਮੋਹਲਾ ਕਲੀਨਿਕ ਤੇ ਇਹਨਾਂ ਦਾ ਕੁਝ ਨਹੀਂ ਸੀਗਾ ਸ਼ੁਰੂ ਸ਼ੁਰੂ ਇਹ ਜਿਹੜਾ ਪੋਲਿਟਿਕਲ ਸਟਾਰਟਅਪ ਹੈ ਝਾੜੂ ਪਾਰਟੀ ਇਹ ਕਹਿਣ ਲੱਗੇ ਜੀ ਹਮ ਇੰਪੋਰਟ ਕਰਾਂਗੇ ਉਹ ਕਰ ਲੋ ਇਹ ਖੁਦ ਖਾਲੀ ਨਹੀਂ ਸੀਗਾ ਤਿੰਨ ਚਾਰ ਹੋਰ ਵੀ ਕਾਂਗਰਸ ਪਾਰਟੀ ਵੀ ਸੀ ਬਿਲਕੁਲ ਉਹ ਮਹਾਰਾਜ ਵੈਕਸੀਨ ਮੈਨੂਫੈਕਚਰਿੰਗ ਵੈਕਸੀਨ ਇੰਪੋਰਟ ਆਸਾਨ ਕੰਮ ਨਹੀਂ ਹੁੰਦਾ ਸ਼ੁਰੂ ਸ਼ੁਰੂ ਤੁਹਾਨੂੰ ਯਾਦ ਹੈ ਇੱਕ ਤੇ ਕੰਪਨੀ ਹੈਗੀ ਪੂਨੇ ਵਿੱਚ ਜੀ ਸੀਰਮ ਇੰਸਟੀਚਿਊਟ ਹਾਂਜੀ ਜਿਹਦੇ वैक्सीन बनाने रिसर्च ऑक्सफोर्ड यूनिवर्सिटी च हुई है यूके च जेडी एस्ट्राजेनेका कंपनी है अंडर कमर्शियल लाइसेंस कमर्शल बना रहे है। mm. दूजी है प्योरली इंडियन वैक्सीन कौन कोवैक्सीन को वैक्सीन। जो इन्होंने एमरजेंसी यूज ऑथराइजेशन ई यू ए देना है ये सारे जो कांग्रेस नेता ने इन्होंने कहना शुरू कर दिया ये तो आप लोगों की जिंदगी के साथ खेल रहे हैं आपको नहीं मालूम ये आ, ये लोग ਅਭੀ ਟ੍ਰਾਈਡ ਨਹੀਂ ਹੈ ਮੈਂ ਉਸ ਵਕਤ ਵੀ ਕਿਹਾ ਸੀਗਾ ਇਹਨਾਂ ਦੀ ਗੇਮ ਸਮਝੋ ਇਹਨਾਂ ਦੀ ਗੇਮ ਕੁਝ ਹੋਰ ਹੈ ਇਹ ਆਪਣੀ ਚੀਜ਼ ਨੂੰ ਰੱਦ ਕਰ ਰਹਿਣਾ ਮੈਂ ਉਹਨਾਂ ਨੇ ਗੱਲ ਦੱਸਣਾ ਸਾਡੀ ਇੰਡੀਜਿਨियस ਡੋਮੈਸਟਿਕ ਮੈਨੂਫੈਕਚਰਿੰਗ ਕਪੈਸਿਟੀ ਸੀਗੀ ਵੈਕਸੀਨਸ ਦੀ ਇਹਨਾਂ ਦੀ ਜਦੋਂ ਸਰਕਾਰ ਰਹੀ ਹੈ 2004 ਤੋਂ 14 ਇਹਨਾਂ ਨੇ ਉਹ ਲੈਬਾਰਟਰੀਆਂ ਬੰਦ ਕਰਾਤੀ ਹੁਣ ਵੀ ਚਾਹੁੰਦੇ ਸਨ ਇੰਪੋਰਟਡ ਵੈਕਸੀਨ ਮਹਿੰਗੀ ਜਿਹੜੀ ਉਹ ਇੰਪੋਰਟ ਹੋਏ पर मोदी जी बिल्कुल अपने जो इन्होंने डिशीजन से डटे है आज हालत यह है जो महामारी आई साढ़े को ना दवाइया सियां ना एन फो नाइनटी फाइव मास्क है ना वेंटिलेटर से ना वैक्सीन सी ये असं बनाए है वी आर द वर्ल्ड लार्जस्ट प्रोड्यूसर चाहे एक सौ बहत्तर या सत्तर करोड़ जितनी भी हो गई है वैक्सीन डिस्ट्रीब्यूशन तो पता है ये एरियाज ਮੈਜੋਰਿਟੀ ਆਫ ਦੀ ਅਡਲਟ ਪੋਪੂਲੇਸ਼ਨ ਨੇ ਦੋਨੋ ਡੋਜ਼ੇਸ ਮਿਲ ਗਿਆ ਸਾਡੇ ਜਿਹੜੇ 75% ਤੋਂ ਤਾ ਇਹ ਚੀਜ਼ ਦੇਖੋ ਇਹ ਕਿਹੜੇ ਹੈਲਥ ਮਾਡਲ ਦੀ ਗੱਲ ਕਰ ਰਿਹਾ ਮੋਹੱਲਾ ਕਲੀਨਿਕ ਦਿੱਲੀ ਦੀ ਪੋਪੂਲੇਸ਼ਨ ਹੈਗੀ 2 ਕਰੋੜ ਯੂਪੀ ਦੀ ਹੈਗੀ 20 ਕਰੋੜ ਇਹਨੇ ਆਕਸੀਜਨ ਦੀ ਇੰਡੈਂਟ ਯੂਪੀ ਤੋਂ ਜ਼ਿਆਦਾ ਮੰਗਵਾਈ ਹੈ ਕਰ ਕੀ ਰਹੀ ਸੀ ਹੈ ਹਾਂ ਉਸ ਤੋਂ ਸੁਪਰੀਮ ਕੋਰਟ ਨੇ ਵੀ ਅੱਛਾ ਇਹ ਜਿਹੜਾ ਯੁਵਾ ਯੁਵਾ ਨੇਤਾ ਜਿਹੜੇ ਹੈਗੇ ਤੁਹਾਡੇ ਦੂਜੀ ਪਾਰਟੀ ਦੇ ਪੰਜਾਬ ਦੇ ਨਹੀਂ ਨੈਸ਼ਨਲ ਲੈਵਲ ਦੇ इन्होंने जो क्या सी मोदी जी हमारे बच्चों की वैक्सीन कहाँ है मैं उस वक़्त भी किया राजस्थान में तो आपके पार्टी वालों ने कूड़ेदान में फेंक दिया और पंजाब में वो वैक्सीन पर मुनाफाखोरी कर रहे हैं ये असलियत है देखिए कांग्रेस पार्टी पंजाब में सत्ता में रही है कुछ अच्छे लोग भी रहे हैं उनमें बस जिस तरीके से आज चल रही है कांग्रेस पार्टी के अंदर सिविल वॉर हो रहा है ਬਿਲਕੁਲ ਠੀਕ ਦੋ ਚਿਹਰੇ ਆ ਗਏ ਹਾਂਜੀ ਹਾਂ ਇੱਕ ਦਾ ਕੋਈ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਨਹੀਂ ਹੈ ਹਾਂ ਉਹ ਆਪਣੇ ਆਪ ਨੂੰ ਮੰਨਦੇ ਤੇ ਬੈਠ ਕੇ ਲੋਕਾਂ ਨਾਲ ਗੱਲ ਕਰੇ ਲੋਕਪ੍ਰੀਤ ਉਹ ਦੂਜੀ ਗੱਲ ਹੈ ਪਰ ਅਗਰ ਤੁਸੀਂ ਸੈਂਸਿਟਿਵ ਬਾਰਡਰ ਸਟੇਟ ਐਡਮਿਨਿਸਟ੍ਰੇਸ਼ਨ ਨੂੰ ਸੁਧਾਰਨਾ ਚਾਹੁੰਦੇ ਹੋ ਤੇ ਕੋਈ ਤਾਂ ਐਕਸਪੀਰੀਅੰਸ ਦਾ ਬੰਦਾ ਲਿਆਓ ਉਹ ਦੂਜਾ ਆਦਮੀ ਹੈ ਉਹ ਕਲਰਫੁੱਲ ਹੈ ਜੋ ਮੁੰਬਈ ਕਾਮੇਡੀ ਸ਼ੋਅ ক্রিকেট ਅਰੇ ਕੀ ਆਉਰਾ ਦਾ ਐਟੀਟਿਊਡ ਐਂਡ ਚੀਜ਼ਾਂ ਦਾ ਮੈਂ ਮੰਤਰੀ ਮੰਡਲ ਜਗਾ ਕੋਈ ਮਨੂ 4.5 ਸਾਲ ਹੋਣ ਵਾਲੇ ਨੇ ਇੱਕ ਵਾਰੀ ਉਹਨਾਂ ਕੋਲ ਮਹਿਕਮਾ ਸੀਗਾ ਸਟੇਟ ਜਿਹੜਾ ਮੈਂ ਦੇਖਿਆ ਇੱਕ ਫਾਈਲ ਨਹੀਂ ਸਾਈਨ ਕੀਤੀ ਠੀਕ ਹੈ ਤਾਂ ਮਨੂ ਲੱਗਦਾ ਹੈ ਕਿ ਪੰਜਾਬ ਨੂੰ ਚਾਹੀਦਾ ਹੈ ਇਸ ਵਕਤ ਕਿਉਂਕਿ ਗਵਰਨੈਂਸ ਦਾ ਕ੍ਰਾਈਸਿਸ ਹੈ ਤੁਹਾਡੇ ਇੱਥੇ ਇਹ ਮਾਫੀਆਜ਼ ਨੇ ਇਹਨਾਂ ਨੂੰ ਠੀਕ ਕਰਨਾ ਹੈ ਸਭ ਤੋਂ ਜ਼ਿਆਦਾ ਇਕਨੋਮਿਕ ਐਕਟੀਵਿਟੀ ਰਿਵਾਈਵ ਕਰਨੀ ਹੈ ਸਟੇਟ ਦਾ ਇਸ ਵਕਤ 281000 ਕਰੋੜ ਕਰੋੜ ਦਾ ਕਰਜ਼ਾ ਹੈ ਦੇਖੋ ਤੁਸੀਂ ਅਗਰ ਕਹਿੰਦੇ ਹੋ ਅਸੀਂ ਫ੍ਰੀ ਬੀਜ਼ ਵੀ ਦੇਨੇ ਆ ਇਹ ਨੋਏ ਦੇ ਦੇਂਗਾ ਰੋੜੀਆਂ ਵੰਡ ਦੇਗਾ ਤੁਹਾਨੂੰ ਦੇਗਾ ਕੌਣ ਪੈਸਾ ਠੀਕ ਹੈ ਸਾਡੀਆਂ ਵੀ ਸਾਡੀਆਂ ਵੀ ਜਿਹੜੀਆਂ ਸੈਂਟਰਲ ਸਕੀਮਸ ਨੇ ਅਸੀਂ ਪਹਿਲੀ ਇਨਸਟਾਲਮੈਂਟ ਤੁਹਾਨੂੰ ਦੇ ਦਨੇ ਆ ਦੂਸਰੀ ਇਨਸਟਾਲਮੈਂਟ ਦਾ ਪਹਿਲੇ ਅਸੀਂ ਤੁਹਾਨੂੰ ਪੁੱਛਨੇ ਆ ਲਾਭਾਰਥੀ ਕੌਣ ਆ ਉਹਦਾ ਨਾਮ ਕੀ ਹੈ ਪਹਿਲੀ ਇਨਸਟਾਲਮੈਂਟ ਗਈ ਹੈ ਕਿ ਨਹੀਂ ਤਰੀ ਕਦੀ ਕੋ ਸੈਂਟਰ ਤੋਂ ਪੈਸਾ ਆ ਜਾਂਦਾ ਇਹਨਾਂ ਨੇ ਮੈਚਿੰਗ ਸ਼ੇਅਰ ਨਹੀਂ ਕੀਤੀ ਹੁੰਦੀ ਗੱਡੀ ਰੁਕ ਗੱਡੀ ਰੁਕ ਜਾਂਦੀ ਇਹ ਅਸਲੀਅਤ ਇਸ ਨੇ ਮਨੂ ਉਮੀਦ ਹੈ ਅਜੇ ਤਾਂ ਸ਼ੁਰੂ ਹੋਇਆ ਅੱਜ ਪਹਿਲਾ ਦੋ ਤਿੰਨ ਦਿਨ ਅੱਜ ਅਸੀਂ ਹੋਰ ਐਂਪਲੀਫਾਈ ਕਰਾਂਗੇ ਕੋਸ਼ਨਾ ਪੱਤਰ ਮੈਨੀਫੈਸਟੋ ਆਏਗਾ ਉਹਦੇ ਬਾਅਦ ਕਲੀਅਰ ਸਾਡੇ ਸਾਰੇ ਜਿਹੜੀਆਂ ਕਮਿਟਮੈਂਟਸ ਨੇ ਸੰਕਲਪ ਹੈਗੇ ਇਹ ਵੈਲ ਥੌਟ ਥਰੂ ਨੇ ਤੇ ਇਹਨਾਂ ਵਿੱਚ ਤੁਸੀਂ ਇੱਕ ਚੀਜ਼ ਦੇਖੋਗੇ ਫ੍ਰੀ ਬੀਜ਼ ਨਹੀਂ लोगों सुविधा मिलेगी लोगों होएगी, हेल्प इकोनॉमिक हो एक्टिविटी रिवाइव होगी मैं थोड़ा एग्जाम्पल देना कि पुलिस फोर्स जी है ग्राउंड लैवल उ परसेंट रिजर्वेशन रे, रे, महिलाओं के लिए इतना फायदा होएगा कि नहीं हाँ थाने अगर थर्टी थ्री परसेंट में थानेदार ना भी हो गलिया नशे जान गया। दूजा देखो बेरोजगारी तो है देड़। देड़। नशा भी है क्योंकि बेरोजगारी नशा नहीं सिंपल नहीं है कई लोग जिन्होंने नौकरी होंगी वो भी कर देने नशा वो गल नहीं है ਪਰ ਇੱਕ ਤਰੀਕਾ ਹੈ ਕਿ ਅਗਰ ਤੁਸੀਂ 150 ਘੰਟਿਆਂ ਦਾ ਕੰਮ ਦੇ ਦੇ ਉਹਨਾਂ ਨੂੰ ਕੰਮ ਦੇ ਕੁਝ ਲਾਈਨ ਤੇ ਦੇ ਲੱਗੇਗਾ ਪਰ ਸਭ ਤੋਂ ਜ਼ਿਆਦਾ ਚੀਜ਼ ਹੈ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੇ ਸਰਕਾਰ ਰਹੀ ਹੈ ਇਹੋ ਜੀ ਨਸ਼ਾ ਮਾਫੀਆ ਸੈਂਡ ਮਾਫੀਆ ਹੋ ਹੀ ਨਹੀਂ ਸਕਦਾ ਕੁ ਸਾਡੀ ਅਪਰੋਚ ਐਡਮਿਨਿਸਟ੍ਰੇਸ਼ਨ ਉਹ ਬੜੀ ਅਲੱਗ ਹੈਗੀ ਜੀ ਜੀ ਸਾਹਿਬ ਕਹਾਣੀ ਇਹ ਹੈ ਐ বিজেপি ਹਿੰਦੂਤਵ ਦੀ ਗੱਲ ਕਰਦੀ ਆ ਔਰ ਹਿੰਦੂਆਂ ਦੀ ਪਾਰਟੀ ਮੰਨਿਆ ਜਾਂਦਾ ਪੰਜਾਬ ਵਿੱਚ 42% ਦੇ ਕਰੀਬ ਜਿਹੜੇ ਆ ਹਿੰਦੂ ਵੋਟਰ ਹੈਗੇ ਆ ਬੀਜੇਪੀ ਹਮੇਸ਼ਾ ਸ਼ਹਿਰੀ ਸੀਟਾਂ ਤੇ ਚੋਣ ਲੜਦੀ ਰਹੀ ਆ ਔਰ ਇਹਨਾਂ ਦਾ ਜਿਹੜਾ ਸੰਗਠਨ ਆ ਹਮੇਸ਼ਾ ਸ਼ਹਿਰੀ ਸੀਟਾਂ ਤੇ ਰਿਹਾ ਪਰ ਪਹਿਲੀ ਵਾਰ ਬੀਜੇਪੀ ਗ੍ਰਾਮੀਣ ਸੀਟਾਂ ਤੇ ਵੀ ਚੋਣ ਲੜ ਰਹੀ ਆ ਤੇ ਇਸ ਮਾਹੌਲ ਵਿੱਚ ਜਿੱਥੇ ਜਿਹੜੇ ਕਿਸਾਨ ਹੈਗੇ ਆ ਬੀਜੇਪੀ ਤੋਂ ਨਾਰਾਜ਼ ਹੈਗੇ ਆ ਦੂਜਾ ਕੈਪਟਨ ਸਾਹਿਬ ਜਿਹਦੇ ਵਿਰੁੱਧ ਬੀਜੇਪੀ ਹੁਣ ਤੱਕ ਬੋਲਦੀ ਰਹੀ ਆ ਉਹਨਾਂ ਦੇ ਖਿਲਾਫ ਝੰਡਾ ਚੱਕ ਕੇ ਬੀਜੇਪੀ ਚੱਲਦੀ ਰਹੀ ਆ ਅੱਜ ਉਹਨਾਂ ਨੂੰ ਨਾਂ ਲੈ ਕੇ ਚੱਲ ਰਿਹਾ ਐਦਾਂ ਹੀ ਛਿੰਤ ਸਾਹਿਬ ਜਿਨ੍ਹਾਂ ਦੇ ਕੰਦੇ ਤੇ ਰੱਖ ਕੇ ਬੰਦੂਕ ਚਲਾ ਰਹੀ ਆ ਉਹ ਪਿਛਲੇ 2 ਚੋਣਵ ਲਗਾਤਾਰ ਉਹ ਖੁਦ ਹਾਰ ਰਿਹਾ ਇਹਹੀ ਸਥਿਤੀ ਵਿੱਚ ਬੀਜੇਪੀ ਕੀ ਕਰ ਪਾਏਗੀ ਦੇਖੋ ਤੁਸੀਂ ਤੁਹਾਡੇ ਕਨਸਰਨਸ ਹੈਗਾ ਮੈਂ ਉਹਨਾਂ ਨਾਲ ਐਗਰੀ ਕਰਦਾ ਪਹਿਲੇ ਮੈਂ ਦੱਸਾਂ ਪੀਜਪੀ ਦੀ ਆਪਾ ਕੈਰੈਕਟਰਾਇਜ਼ੇਸ਼ਨ ਨਾ ਕਰੀਏ ਇੱਕ ਜ਼ਮਾਨਾ ਸੀਗਾ ਸਾਡੀਆਂ ਦੋ ਸੀਟਾਂ ਸੀਗੀਆਂ ਲੋਕ ਸਭਾ ਚ ਠੀਕ ਹੈ ਲੋਕ ਕਹਿੰਦੇ ਸੀ ਇਹ ਨਾਰਥ ਇੰਡੀਅਨ ਪਾਰਟੀ ਹੈ ਲੋਕ ਕਹਿੰਦੇ ਸੀ ਇਹ ਬਨਿਆ 파ਰਟੀ ਹੈ ਲੋਕ ਕਹਿੰਦੇ ਸੀ ਇਹ ਬ੍ਰਾਹਮਣ ਪਾਰਟੀ ਹੈ ਉਹ ਮਹਾਰਾਜ ਐਟ ધ ਵੈਰੀ ਲੀਸਟ ਬੀਜਪੀ ਇਜ਼ ਅ ਪੈਨ ਇੰਡੀਅਨ ਪਾਰਟੀ ਵੀ ਹੈਵ ਯੂਨਿਟਸ ਏਵਰੀਵੇਅਰ ਪੰਜਾਬੀ ਇਉਂ ਜੀ ਜਗ੍ਹਾ ਹੈ ਜਿੱਥੇ ਸਾਡੀ ਇਨੀ ਕੰਟਰੀਬਿਊਸ਼ਨ ਰਹੀ ਹੈ ਫਰੀडम ਮੂਵਮੈਂਟ ਨਾਲ ਲਾ ਲਾਜਪਤ ਰਾਏ ਬਸ ਬਾਕੀ ਇਹ ਜਿਹੜੀ ਸਾਡੇ ਗਠਬੰਦਰ ਨੇ ਪਾਰਟਨਰ ਸੀਗੇ ਇਹ ਤੇ ਸਾਡੀ ਵੋਟ ਕਾਰਨ ਜੁੱਤੇ ਰਹੇ ਨੇ ਅਗਰ ਉਹਨਾਂ ਕੋਲ ਅਰਬਨ ਵੋਟ ਭਾਜਪੀ ਦੀ ਨਾ ਆਂਦੀ ਅਸੀਂ ਕਿੱਥੇ ਫਸਦੇ ਰਹਾਂ ਕਦੀ ਕਦੀ ਸਾਨੂੰ ਆਪਣੀ ਵੋਟ ਨਹੀਂ ਪੈਂਦੀ ਸੀ ਕਿਉਂਕਿ ਇਹਨਾਂ ਨਾਲ ਗਠਬੰਧਨ ਸੀ ਅਕਾਲੀਆਂ ਨਾਲ ਅਕਾਲੀਆਂ ਨਾਲ ਹੂੰ

ਹੋਰ ਵੀ ਆ ਗਏ ਨੇ ਹੂੰ ਠੀਕ ਹੈ ਅਕਾਲੀ ਤਾਂ ਦਾਅਵੇਦਾਰ ਆ ਹੀ ਨੇ ਅਕਾਲੀ ਕਾਂਗਰਸ ਹੁਣ ਤਾਂ ਆਮ ਆਦਮੀ ਪਾਰਟੀ ਵੀ ਇਹ ਦੇ ਕਿਸਾਨਾਂ ਦੀ ਪਾਰਟੀ ਮਹਾਰਾਜ ਆਪੇਸਾਨ ਆ ਰਹੇ ਚਾਰ ਦਾਅਵੇਦਾਰ ਹੋ ਗਏ ਹਾਂਜੀ ਤਾਂ ਇੱਕ ਪਾਰਟੀ ਦੀ ਠੇਕੇਦਾਰੀ ਕਰਦੀ ਸੀ ਪਹਿਲੇ ਉਹਦੇ ਤਿੰਨ ਹੋਰ ਦਾਅਵੇਦਾਰ ਆ ਗਏ ਬਿਲਕੁਲ ਬਾਕੀ ਰਹੀ ਮੈਂ ਇਹ ਨਹੀਂ ਕਹ ਰਿਹਾ ਕਿ ਰੂਰਲ ਅਰਬਨ ਡਿਵਾਈਡ ਟੋਟਲ ਹੈ ਪਰ ਓਵਰਲੈਪਿੰਗ ਹੈਗੀ ਹੂੰ ਅਰਬਨ ਵੋਟ ਵਾਸਤੇ ਵੀ ਭਾਜਪੀ ਅਜ ਇੱਕ ਨਵੇਂ ਰੂਪ ਵਿੱਚ ਉੱਠ ਰਹੀ ਹੈ ਜੀ ਅਸੀਂ ਜਿਹੜੇ ਕੈਂਡੀਡੇਟ ਖੜੇ ਕਰਨਾ ਹੈ 65 ਵਿੱਚੋਂ ਜਾਂ 70 ਵਿੱਚੋਂ ਸਾਫੇ ਵਾਲੇ ਕਿੰਨੇ ਨੇ ਮੈਂ ਅਜੇ ਪੂਰੀ ਗਿਣਤੀ ਨਹੀਂ ਕਰਿਆ 37 ਮੈਂ ਗਿਣੇ ਸੀ ਗਿਆ ਇਹ ਕਦੀ ਦੇਖਿਆ ਸੀ ਬੀਜੇਪੀ ਚ ਆ ਪਹਿਲੀ ਪਹਿਲੀ ਵਾਰ ਸਿੱਖ ਚਿਹਰੇ ਉਤਾਰੇ ਆ ਹਨਾ ਸਿੱਖ ਚਿਹਰੇ ਵੀ ਉਤਾਰੇ ਆ ਉਹ ਟ੍ਰੈਡੀਸ਼ਨਲ ਚਿਹਰੇ ਵੀ ਨਹੀਂ ਨੇ ਅਸੀਂ ਅੰਮ੍ਰਿਤਸਰ ਇਸ ਸਿੱਖ ਨੂੰ ਖੜਾ ਕਰ ਕੀਤਾ ਰਿਜ਼ਰਵ ਕੈਟਾਗਰੀ ਜਨਰਲ ਸੀਟ ਲੜਵਾ ਰਹੇ ਆ ਅਸੀਂ ਬਿਲਕੁਲ ਰਿਜ਼ਰਵ ਕੈਟਾਗਰੀ ਰਿਜ਼ਰਵ ਕੈਟਾਗਰੀ ਦਾ ਆਦਮੀ ਜਨ ਆਈਐਸ ਅਫਸਰ ਹਾਂਜੀ ਬੜੀ ਚੰਗੇ ਪਰਿਵਾਰ ਉਹਦੇ ਫਾਦਰ ਸਾਹਿਬ पीसीएस के अफसर से पटियाले गुरपुर डीसी रहे जगमोहन जी खुद बीस साल पंजावी पैदा पंजावी की उम्र तक ही रहे आई ए एस ज्वाइन की तमिलनाडु काडर नवे नवे चेहरे ने कई जगह अस टिकट नहीं दे पाए कई कारण बड़े बड़े चंगे बंद आके मिले कोई लोग कहें किसी वा नें मैंने कहा बी ये कहा लिखा है कि जो हमारे साथ जुड़ेंगे सिर्फ चुनाव लड़ेंगे भाई पार्टी पावर में है सेंटर में 2024 में भी जीतेंगे हम उनको कहीं और इस्तेमाल करेंगे दैट इज द इशू साहब पहली बार बीजेपी जड़ी है विदाउट दुल्ले तो चुनाव मैदान च जा रही है और बीजेपी जिथे बीजेपी को दुला होंगे ਉੱਥੇ ਤਾਂ ਆਪੋਜੀਸ਼ਨ ਨੂੰ ਹਮੇਸ਼ਾ ਫੋਰਸ ਕਰਦੀ ਆ ਵੀ ਹਾਂ ਜੀ ਤੁਸੀਂ ਵੀ ਆਪਣਾ ਦੁੱਲਾ ਲੈ ਕੇ ਆਓ ਜਿੱਥੇ ਭਾਜਪੀ ਕੋਲੇ ਦੁੱਲੇ ਦੀ ਕਮੀ ਹੁੰਦੀ ਆ ਜਾਂ ਦੁੱਲੇ ਦਾ ਚਿਹਰਾ ਨਹੀਂ ਹੁੰਦਾ ਉੱਥੇ ਭਾਜਪੀ ਆਪਣਾ ਪਲੀ ਚੇਂਜ ਕਰ ਲੈਂਦੀ ਆ ਉੱਥੇ ਪਾਰਲੀਮੈਂਟ ਬੋਰਡ ਆ ਜਾਂਦਾ ਇਹ ਗੱਲ ਸਹੀ ਨਹੀਂ ਹੈ ਮੈਂ ਮੇਰਾ ਸੰਬੰਧ ਜੀ ਭਾਰਤੀ ਚੰਦਾ ਪਾਰਟੀ ਨਾਲ ਤਾਂ ਹੈਗਾ 2004 ਦਾ ਜਦੋਂ ਮੈਂ ਰਿਟਾਇਰ ਹੋਇਆ ਉਹਦੇ ਬਾਅਦ ਹੀ ਹੋ ਸਕਦਾ ਨਾ मैं दो हजार तेरह चार पर उस तो पहले मेरा बड़ा गहरा मैं इलेक्टेड स्टूडेंट पोलिटिक मैं तो उदाहरण दे सकता जिथे भारतीय जनता पार्टी ने अपनी दुला जो कहते हो कहते मुख्यमंत्री का चेहरा दुला मतलब कुछ होगा चेहरा चेहरे की गल कर ਸੀਐਮ ਚਿਹਰਾ ਕਿ ਅਸੀਂ ਕਿਹਾ ਕਿ ਜੋ ਵੀ ਨਿਕਲੇ ਸਾਡੇ ਕੋਲ ਕਦੀ ਕਾਰਜਕਰਤਾਵਾਂ ਦੀ ਕਮੀ ਨਹੀਂ ਹੁੰਦੀ ਕਿਸੇ ਵੀ ਸਟੇਟ ਦਾ ਸਟੇਟ ਦਿੱਲੀ ਦੇ ਚੋਣਾਂ ਉਹ ਇਹਨੇ ਉਹਨੇ ਪਿੱਛੇ 2000 ਵਿੱਚ ਸਾਡੇ ਕੋਲ ਕੋਈ ਕਮੀ ਨਹੀਂ ਸੀ ਸਾਡੀ ਪ੍ਰੋਬਲਮ ਦੂਜੀ ਸੀਗੇ ਜ਼ਿਆਦਾ ਸੀਗੇ ਰਾਜਸਥਾਨ ਵਿੱਚ ਸਾਡੇ ਕੋਈ ਕਮੀ ਨਹੀਂ ਹੈ ਉੱਤਰ ਪ੍ਰਦੇਸ਼ ਵਿੱਚ ਕਮੀ ਨਹੀਂ ਹੈ ਬਟ ਨਿਰਣੈ ਹਮੇਸ਼ਾ ਉਹ ਸਾਡੇ ਤੇ ਪਰਿਵਾਰਵਾਦ ਨਹੀਂ ਹੈ ਇਹ ਨਹੀਂ ਕਿ ਤੁਸੀਂ ਉਹ ਕੈਂਡੀਡੇਟ ਤੇ ਤੁਹਾਡੇ ਫਾਦਰ ਸਾਹਿਬ ਨੇ ਜਾਂ ਚਾਚਾ ਜੀ ਨੇ ਇਸ ਲਈ ਤੁਹਾਨੂੰ ਮਿਲ ਜਾਏਗੀ च पार्टी तय कर दिया है बेस्ड ऑन मेरिट, बेस्ड ऑन कमिटमेंट बट मोस्ट इंपोर्टेंट बेस्ड ऑन व्हाट कॉन्ट्रीब्यूशन यू कैन मेक ये मन के चलो ये नई शुरुआत है बड़ी सीरीयसली इस ते सोच विचार हो रहा पार्टी पूरे अपना दम लगाएगी तो अगर योजी स्थिति बनी कि सानो इस चीज़ पर फैसला लेना होएगा बड़ा चंगा फैसला साहब ਕਹਣੀ ਇਹ ਹੈ ਬੀਜੇਪੀ ਜਿੱਥੇ ਇਲੈਕਸ਼ਨ ਲੜਨ ਜਾਂਦੀ ਆ ਉੱਥੇ ਸੈਂਟਰ ਏਜੰਸੀਆਂ ਨੂੰ ਐਕਟਿਵ ਕਰ ਦਿੰਦੀ ਹੈ ਇਹ ਇਲਜ਼ਾਮ ਪਹਿਲੀ ਵਾਰ ਨਹੀਂ ਇਹ ਸ਼ੁਰੂ ਤੋਂ ਲੱਗਦੇ ਆਏ ਆ ਵੀ ਬੀਜੇਪੀ ਹਮੇਸ਼ਾ ਸੈਂਟਰ ਏਜੰਸੀਆਂ ਦਾ ਸਾਰਾ ਲੈਂਦੀ ਆ ਹੋਰ ਪੰਜਾਬ ਚ ਆਈ ਹੈ ਤਾਂ ਕਹਿੰਦੇ ਵੀ ਚੰਨੀ ਦੇ ਭਤੀਜੇ ਦੇ ਜਿਹੜਾ ਛਾਪਾ ਪਿਆ ਆ ਈਡੀ ਦਾ ਉਹ ਇਸੀ ਕਰਕੇ ਮਾਰਿਆ ਗਿਆ ਤਾਂ ਕਿ ਚੰਨੀ ਦੇ ਉੱਤੇ ਮੁੱਖ ਮੰਤਰੀ ਜੋ ਚਰਨਜੀਤ ਸਿੰਘ ਚੰਦੀ ਆ ਉਹਨਾਂ ਦੇ ਉੱਤੇ ਦਬਾਅ ਬਣਾਇਆ ਜਾ ਸਕੇ ਇਸ ਤਰ੍ਹਾਂ ਦੇ ਮੈਂ ਮੈਂ ਇਲਜ਼ਾਮ ਦੀ ਗੱਲ ਕਰ ਰਿਹਾ ਹਾਂ ਜ਼ਰਾ ਔਰ ਉਸ ਤੋਂ ਬਾਅਦ ਜਿਹੜੀ ਗਿਫਤਾਰੀ ਪਾਈ ਗਈ ਇਹ ਗਿਫਤਾਰੀ ਉਸ ਟਾਈਮ ਪਾਈ ਗਈ ਜਿਸ ਟਾਈਮ ਇਹ ਪੂਰੀ ਉਮੀਦ ਹੋ ਗਈ ਸੀ ਕਿ ਕਾਂਗਰਸ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਸੀਐਮ ਦਾ ਚਿਹਰਾ ਉਹਨੂੰ ਨਾਊਂਸ ਕਰ ਸਕਦੀ ਹੈ ਜਿਸ ਕਰਕੇ ਜਿਹੜੀ ਐਸਸੀ ਕੈਟਾਗਰੀ ਦੀ 32% ਵੋਟ ਹੈ ਉਹ ਕਿਤੇ ਇਕੱਠੀ ਨਾ ਹੋ ਜਾਏ ਕਿਤੇ ਇਹ ਭਾਜਪਾ ਨੂੰ ਨੁਕਸਾਨ ਨਾ ਹੋ ਜਾਏ ਇਸ ਕਰਕੇ ਕਦੇ ਈਡੀ ਦਾ ਸਹਾਰਾ ਦਿੱਤਾ ਦੂਜੇ ਪਾਸੇ ਇੱਕ ਹੋਰ ਇਸ ਦੇ ਨਾਲ ਹੀ ਜੁੜਿਆ ਹੋਇਆ ਇਹ ਵੀ ਕਿਹਾ ਜਾ ਰਿਹਾ ਹੈ ਵੀ ਜਿਹੜਾ ਨਵਜੋਤ ਸਿੰਘ ਸਿੱਧੂ ਵਾਲਾ ਕੇਸ ਹੈ ਜਿਹੜਾ ਇੰਨਾ ਪੁਰਾਣਾ ਕੇਸ ਹੈ ਜਿਹੜਾ ਦੱਬਿਆ ਹੋਇਆ ਸੀਗਾ ਜਦੀ ਐਪਲੀਕੇਸ਼ਨ ਵੀ ਕਈ ਸਾਲਾਂ ਤੋਂ ਪੈਂਡਿੰਗ ਪਈ ਸੀ ਉਹ ਵੀ ਖੋਲ ਦਿੱਤਾ ਉਹ ਮਹਾਰਾਜ ਬੰ ਲੋਗਾਂ ਨੇ ਮੱਤ ਮਾਰੀ ਗਈ ਹੈ ਕਿਸੇ ਦਾ ਕੇਸ ਸੁਪਰੀਮ ਕੋਰਟ ਜਾਂ ਸੁਪਰੀਮ ਕੋਰਟ ਸਾਡੀ ਸੁਣਵਾਈ ਕਰ ਰਹੀ ਹੈ ਰੋਸ ਤੋਂ ਸਾਢੋ ਸਾਨੋ ਸਾਨੋ ਮਾਰਤਾ ਲਗਾ ਦਿੰਦੀ ਹੈ ਇਹ ਛਟੋ ਸੁਪਰੀਮ ਕੋਰਟ ਤੇ ਇਹੋ ਜਿਹੇ ਸੁਪਰੀਮ ਕੋਰਟ ਦੀ ਗੱਲ ਕਰ ਲਈਏ ਜੀ ਕਿੰਨੇ ਮਾਮਲੇ ਨੇ ਐਪੈਕਸ ਕੋਰਟ ਦੇ ਸਾਹਮਣੇ ਜਿੱਥੇ ਸਰਕਾਰ ਨੂੰ ਤਕਰੀਫ ਹੁੰਦੀ ਹੈ ਅਚਾ ਤੁਸੀਂ ਕਦੀ ਵੈਸਟ ਬੰਗਾਲ ਗਏ ਹੋ ਮੈਂ ਤਾਂ ਗਿਆ ਸੀ ਚੋਣਾਂ ਦੇ ਤਣਾ ਜੇ ਅਗਰ ਕਿਥੇ ਸਟੇਟ ਏਜੰਸੀਜ਼ ਦਾ ਇਸਤੇਮਾਲ ਹੋਇਆ ਤਾਂ ਵੈਸਟ ਬੰਗਾਲ ਵਿੱਚ ਹੋਇਆ ਪਤਾ ਤਾਂ ਉਹ ਕਿ ਸਾਡੇ ਕਿੰਨੇ ਕਾਰਕਤਾ ਬਿਲਕੁਲ ਸੁਪਰੀਮ ਕੋਰਟ ਨੇ ਆਹ ਜੀ ਠੀਕ ਹੈ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਹਾਂ ਜੀ ਅਮਾਰੇ ਕੱਲ ਕੀ ਕਰ ਰਹੇ ਕੋਈ ਸੈਂਟਰਲ ਏਜੰਸੀ ਇਹ ਸਾਡੀ स्ट्रक्चर्ड सिविल सर्विस है सेंट्रल एजेंसी ਸਾਡੇ ਕਹਨ ਤੇ ਕੰਮ ਕਰੇਗੀ ਉਹ ਸਾਡੇ ਬੰਦਿਆਂ ਦੇ ਖਿਲਾਫ ਕਿਸ ਤਰ੍ਹਾਂ ਕਾਰਵਾਈ ਹੋ ਜਾਂਦੀ ਹੈ ਪਰ ਮਾਨੂੰ ਇਹ ਦੱਸੋ ਕਿਸ ਦੇ ਖਿਲਾਫ ਸਰ ਅਰੇ ਮਾਰਾ ਸਾਡੇ ਬੰਦਿਆਂ ਦੇ ਖਿਲਾਫ ਕੇ ਕਾਰਵਾਈ ਨਹੀਂ ਹੋਈ ਹੈ ਕਾਂਗਰਸ ਕਿੰਨੇ ਸਾਲ ਸੱਤਾ ਚ ਰਹੀ ਹੈ ਮਾਨੂੰ ਦੱਸੋ ਠੀਕ ਹੈ ਕਾਂਗਰਸ ਨੇ 70 ਸਾਲ ਪਤਾ ਨਹੀਂ ਕਿ 70 ਰਹੀ ਹੈ ਕਿ 30 ਅਸੀਂ ਵੀ ਰਹਾ ਸਾਨੂੰ ਹੋ ਗਏ 7 ਸਾਲ ਤੇ ਪਹਿਲੇ वाजपेयी ਜੀ ਵੀ ਸੀਗੇ ਠੀਕ ਹੈ 1956 ਯੂਜ਼ ਕੀਤਾ ਸਰਕਾਰ ਨੇ ਕਾਂਗਰਸ ਅਸੀਂ ਕਦੀ ਕੀਤਾ ਹਾਂ ਏ ਪੁੱਛਣ ਕਿ ਸੈਂਟਰਲ ਏਜੰਸੀ ਜਾਂ ਈਡੀ ਕੀ ਕਰ ਰਿਹਾ ਪਹਿਲੇ ਮਨਨਸੋਕ ਚੰਨੀ ਸਾਹਿਬ ਕਿੱਥੇ ਇਲੈਕਸ਼ਨ ਤੇ ਲੜ ਰਹੇ ਨਾ ਲੜ ਰਹੇ ਦੋ ਸੀਟਾਂ ਤੇ ਲੜ ਰਹੇ ਦੋ ਲੜਾਈ ਤੇ ਉਹਨਾਂ ਦੀ ਇੱਕ ਕੰਸਟਿਟੂਐਂਸੀ ਤੇ ਰੇਤੇ ਦੀ ਹੋ ਹੋ ਰਹੀ ਸੀ ਹਾਂਜੀ ਅਲਜਾਮ ਲੱਗੇ ਨੇ ਤੁਸੀਂ ਲੋਕਾਂ ਨੇ ਕਿਹਾ ਅਨੇ ਲੱਗੇ ਬਿਲਕੁਲ ਲੱਗੇ ਉਹਦੇ ਬਾਅਦ ਕਿੰਨੇ ਕੀ ਕਾਰਵਾਈ ਕੀਤੀ ਮਨੂ ਕੀ ਜਾਣਕਾਰੀ ਆ ਮੈਂ ਬਸ ਆਪਣਾ ਜਵਾਬ ਇੱਥੇ ਰੋਕ ਰਿਹਾ ਚਲੋ ਮੈਂ ਆਪਾਂ ਇਹ ਮੰਨ ਕੇ ਚੱਲੀ ਹਰਦੀਪ ਪੁੱਜੀ ਮੇਰਾ ਇਹ ਪੰਜਾਬ ਵਿੱਚ ਬੀਜੇਪੀ ਸਰਕਾਰ ਬਣਾ ਰਹੀ ਹੈ ਮੈਂ ਇਹ ਨਹੀਂ ਕਹ ਰਿਹਾ ਬਣਾ ਰਹੀ ਹੈ बीजेपी अपने गठबंधन पार्टनर्स नाल सीरियसली चुनाव लड़ेगी बीजेपी ਤੇ ਗਠਜੰਬਨ ਪਾਰਟਨਰਸ ਦਾ ਰਿਜ਼ਲਟ ਚੰਗਾ ਹੋਏਗਾ ਅਜੇ ਤੇ ਅਜ ਤਰੀਕੀ ਹੋਈ ਐ ਆ 4 ਤਰੀਕਾ ਹੈ 4 ਤਰੀਕਾ 4 ਤਰੀਕਾ ਵੀ ਨਵੰਬਰ 15 ਦਿਨ ਰਹਿੰਦੇ ਨੇ ਮਹਾਰਾਜ ਇੱਥੇ ਤੇ ਇੱਕ ਦਿਨ ਬਹੁਤ ਹੁੰਦਾ ਹੈ ਇੱਕ ਹਫ਼ਤੇ ਬਾਅਦ ਆਪਾਂ ਗੱਲ ਕਰਾਂਗੇ ਥੈਂਕ ਯੂ ਥੈਂਕ ਯੂ ਇਹ ਸੀਗੇ ਹਰਦੀਪ ਪੂਰੀ ਜੀ ਜਿਹੜੇ ਕਿ ਕੇਂਦਰੀ ਮੰਤਰੀ ਆ ਔਰ ਪੰਜਾਬ ਬੀਜੇਪੀ ਦੇ ਕੋ-ਇਨਚਾਰਜ ਆ ਔਰ ਹਰਦੀਪ ਪੂਰੀ ਜੀ ਪੂਰੀ ਤਰ੍ਹਾਂ ਸਵਸਥ ਆ ਪੂਰੀ ਸਾਹਿਬ ਦਾ ਕਹਿਣਾ ਹੈ ਕਿ ਹਾਲੇ ਤਾ 15 ਦਿਨ ਬੇ ਆ ਔਰ 15 ਦਿਨ ਵਿੱਚ ਪੰਜਾਬ ਵਿੱਚ ਜਿਹੜਾ ਮਾਹੌਲ ਹੈ ਪੂਰੀ ਸਾਹਿਬ ਨੇ ਗੱਲਾਂ ਮੰਨਿਆ ਵੀ ਆਮ ਆਦਮੀ ਪਾਰਟੀ ਹਾਲਾਂਕਿ ਲੋਕੀ ਗੱਲ ਕਰ ਰਿਹਾ ਵੀ ਆਮ ਆਦਮੀ ਪਾਰਟੀ ਜਿਹੜੀ ਆ ਅੱਗੇ ਚੱਲ ਰਹੀ ਆ ਪਰ ਪੂਰੀ ਸਾਹਿਬ ਦਾ ਕਹਿਣਾ ਵੀ 15 ਦਿਨ ਚ ਪੰਜਾਬ ਦਾ ਮਾਹੌਲ ਚੇ ਹੋ ਜਾਏਗਾ ਔਰ ਬੀਜੇਪੀ ਸਰਕਾਰ ਬਣਾਨ ਦੇ ਕਿਨਾਰੇ ਪਹੁੰਚ ਸਕਦੀ ਹੈ ਮੈਂ ਦਿਨੇਸ਼ ਕੋਲ ਕੈਮਰਾਮੈਨ ਹੁਮਾ ਜੱਤੇ ਨਾਲ ਧੰਨਵਾਦ ਹੈ ਟਵੀਲੀ ਚੰਡੀਗੜ੍ਹ ਤੋਂ अलीशा बेगम एक औरत एक औरत ही समझ सकती है रूहानी का मालकान दुनिया का सब तो चमत्कारी चमत् मेरे को लव मैरिज पति पत्नी च झगड़ा दुश्मन चगड़ा छुटकारा तलाक केस बुरे सपने विदेश यात्रा बुरी संगत ज नशा छुड़ा बीमारी च दवा ना लगना वशीकरण एक सच्चाई है वशीकरण करवाओ मन चाह प्यार पाओ किस्मत च लॉटरी का योग है ज नहीं सच्चाई जानो लॉटरी नंबर पाओ भावे छह सौ उन्जा होगा या लोटोमैक्स ग्यारह घंटे चावाओ हर परेशानी का हल घर बैठे अस्टाम पेपर से लिख के लवो कम की गरंटी ਜਾ ਕਹੇ ਤਾਂ ਬਾਹਰ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ

ਹੁਣੇ ਕਾਲ ਕਰੋ ਬਾਬਾ सलीम ਖਾਨ 9819937460